ਵਾਲੇਕੁਮ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋ? ਸਿਹਤ ਵੀ ਤਾਂ ਠੀਕ ਨੇ? ਉਹ ਦੋਸਤੋ, 25 ਬੱਚੇ ਨੇ ਵਿੱਚ, 100 ਪੀਸ ਵੱਡੇ ਆ, ਠੀਕ ਹੈ, ਬਾਕੀ ਪੱਠੀਆਂ ਪੱਠੇ ਨੇ ਅਤੇ ਬੱਚੇ ਨੇ। ਆਹ ਪੀਸ ਜਿਹੜਾ ਆ ਤਿਆਲ ਗੋਟੀ, ਠੀਕ ਹੈ, ਵਿੱਚ ਹੀ ਆਇਆ ਸੀਗਾ, ਨਾਲ ਹੀ ਆ। ਹੋਰ 25 ਪੀਸ ਨੇ, ਜੇ 2 ਦੀ ਸਮਝ ਆਏ ਰਾਬਤਾ ਕਾਲ ਕਰ ਲੈਣਾ। 2 ਪਰਦੇ ਹੈਗੇ ਨੇ, 3 ਪਰ ਪੱਠੀਆਂ ਪੱਠੇ, ਜਰਾ 5 4 ਪਰਦੇ ਆ, ਠੀਕ ਹੈ। ਅਤੇ ਆਹ ਪੀਸ ਮਾਦੀ ਹੈਗੀ ਹੈ, ਗੋਲਡ, ਠੀਕ ਹੈ। ਅਤੇ ਆਹ ਨਾਲ ਸ਼ੋਅ ਕਰ ਲੈਣਾ, 480 ਰੁਪਏ ਪਰ ਨੇ। ਜੇ 2 ਦੀ ਸਮਝ ਆਏ ਉਹ ਰਾਬਤਾ ਕਾਲ ਕਰ ਲੈਣਾ। ਜ਼ਿਆਦਾ ਪੀਸ ਨਾਲ ਗੋਲਡਨ ਕਰਾਸ, ਠੀਕ ਹੈ, ਅਤੇ ਮੋਤੀਆਂ ਵਾਲੇ ਨੇ, ਅਤੇ ਬਾਕੀ ਨਾਲ ਆ ਵੇਚ ਲੈਣਾ, ਸ਼ੋਅ ਕਰ ਲੈਣਾ। ਜੇ 2 ਦੀ ਸਮਝ ਆਏ ਉਹ ਰਾਬਤਾ ਕਾਲ ਕਰ ਲੈਣਾ। ਜਦੋਂ ਦੇਖੋ ਪਤਾਬੰਦੀ ਵਾਪਸ ਆਈ, ਸਪੈਸ਼ਲ ਫੈਸਲਾਬਾਦ ਦੇ ਕਾਲ ਹੋਏਗਾ ਪਾਕਿਸਤਾਨ, ਠੀਕ ਹੈ। ਭਾਜੀ ਆ ਪੀਸ ਵੇਚ ਲੈਣਾ, ਉਦੋਂ ਪੀਸ ਨੇ 25, 480 ਰੁਪਏ ਪ੍ਰਾਈਜ਼ ਆ, ਠੀਕ ਹੈ। ਅਤੇ ਆਹ ਵਿੱਚ ਬੱਚੇ ਜਿਹੜੇ ਆ ਹੈਗੇ ਨਾ, 4 ਪਰ, 5 ਪਰ, 2 ਪਰ, 1-2 ਪਰ ਦੇ ਥੋੜ੍ਹੇ ਹੀ ਹੈਗੇ ਨੇ, 2-3 ਪੀਸ ਆ, ਠੀਕ ਹੈ। 3-3 4-4 ਪਰ ਚ ਹੈਗੇ ਨੇ। ਆਹ ਵਿੱਚ ਇੱਕ ਛੋਟੀ ਜਿਹੀ ਆਹ ਉੱਡਿਆ ਹੋਇਆ ਕਬੂਤਰ ਜਿਹਾ, ਠੀਕ ਹੈ, ਇਹ ਵੀ ਉਹਨਾਂ ਨੇ ਫੜਿਆ ਸੀ ਕਿਸੇ ਦਾ ਰੇਤਾ ਵਿੱਚ। ਅਤੇ ਬਾਕੀ ਨਾਲ ਆਹ ਪੀਸ ਨੇ, 480 ਰੁਪਏ ਪ੍ਰਾਈਜ਼ ਆ। ਜੇ 2 ਦੀ ਸਮਝ ਆਏ ਉਹ ਰਾਬਤਾ ਕਾਲ ਕਰ ਲੈਣਾ। ਅੱਜ ਕੱਲ੍ਹ ਦੁੰਬੇ ਭਰਨੇ ਨੇ, ਠੀਕ ਹੈ, 2 ਪੀਸ ਹੈਗੇ ਨੇ। ਬਾਕੀ ਆਹ ਜਨਾਬ ਵੇਖ ਲੈਣਾ, ਇੱਕ ਜਗ੍ਹਾ ਟਿਕਦੇ ਨਹੀਂ ਆ, ਠੀਕ ਹੈ ਜੀ। ਬਾਕੀ ਕਾਫੀ ਵੀ 2-6 ਪੀਸ ਨਿਕਲ ਜਾਣਗੇ, ਠੀਕ ਹੈ। ਉਹ ਜਨਾਬ ਆਹ ਰਾ ਛੋਟਾ ਵਾ, ਕੁੜੀਆਂ ਦਾ ਹੈਗਾ ਜੀ, ਦਾਣਾ ਪਾਣੀ ਖਾਏਗਾ ਤਾਂ ਹੋ ਜਾਏਗਾ ਸੈੱਟ, ਠੀਕ ਹੈ। ਲਓ ਜੀ, ਐਂ ਟੱਪੀ ਜਾਣਾ ਨਹੀਂ ਤਾਂ ਆਹ ਪੱਠਾ ਜੀ ਸਾਡਾ, ਠੀਕ ਹੈ। ਬਾਕੀ ਮੈਨੂੰ ਯਾਦ ਦਿਓ ਹੁਣ, ਓਕੇ, ਆਹ